केपीडी न्यूज, हक सच और इंसाफ की आवाज। अज जलंधर के डिप्टी कमिश्नर अते पुलिस कमिश्नर ने सेहत विभाग के अधिकारियों के नाल सिविल हस्पताल विच स्थित नशा छुड़ाऊ केंद्र का दौरा किया अते उत्थे दाखल मरीजों का हाल चाल पुछया। इस मौके डिप्टी कमिश्नर ने नशे के आदि नौजवानों नू नशा छड के चंगी जिंदगी जीवन की प्रेरणा दिती अते सरकार वल्लों नौजवानों नू अपने पैरां ते खड़े करन लई लियांदियां पालसियां बारे दस्या। पुलिस कमिश्नर श्री पी के सिन्हा ने भी नौजवानों नू नशे छड्डन की सलाह दिती अते दस्या कि पुलिस प्रशासन नौजवानों के चंगे भविख लई मदद करन लई हर समय तैयार है। ਜਲੰਧਰ ਤੋਂ ਰਵੀ ਗਿੱਲ ਅਤੇ ਸਾਹਿਲ ਮਲਹੋਤਰਾ ਦੀ ਰਿਪੋਰਟ। ਅੱਜ ਦਾ ਮਕਸਦ ਇਹੀ ਸੀਗਾ, ਇਨਫੋਰਸਮੈਂਟ ਵਾਲਾ ਪਾਰਟ ਪਹਿਲੀ ਪੁਲਿਸ ਕਰ ਰਹੀ ਹੈ। ਸਾਲ ਡੇਢ ਸਾਲ ਤੋਂ ਜਿਵੇਂ ਤੁਹਾਨੂੰ ਦੱਸਿਆ, ਜਦੋਂ ਡਰੱਗ ਦੀ ਸਪਲਾਈ ਸਕਵੀਜ਼ ਹੋਈ ਹੈ ਤਾਂ ਬਹੁਤ ਸਾਰੇ ਬੱਚੇ ਆਲਟਰਨੇਟਿਵ ਮੀਨਸ ਜਿਹੜੇ ਕਿ ਅਨਸੇਫ ਨੇ, ਕੋਈ ਇਸ ਤਰ੍ਹਾਂ ਦੀਆਂ ਡਰੱਗਸ ਜਿਹੜੀਆਂ ਕਿ ਇੰਟਰਾਵੀਨਸ ਨਹੀਂ ਲੱਗਣੀਆਂ ਚਾਹੀਦੀਆਂ, ਉਹਨਾਂ ਦੇ ਟੀਕੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹੈ ਜਾਂ ਇਸ ਤਰ੍ਹਾਂ ਦੇ ਸਬਸਟੈਂਸ ਲੈਣ ਦੀ ਕੋਸ਼ਿਸ਼ ਕਰ ਰਹੇ, ਉਹਦੇ ਕਰਕੇ ਪਿੱਛੇ ਜਿਹੇ ਮੋਰਟੈਲਿਟੀ ਦੀਆਂ ਕੁਝ ਘਟਨਾਵਾਂ ਆਈਆਂ ਨੇ। ਹੁਣ ਸਾਡੀ ਸਟ੍ਰੈਟੇਜੀ ਇਹ ਹੈ ਕਿ ਜਿਹੜੇ ਬੱਚੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਜਿਹੜਾ ਲੀਗਲ ਤਰੀਕੇ ਨਾਲ ਵਧੀਆ ਤਰੀਕੇ ਨਾਲ ਇਹਨਾਂ ਸੈਂਟਰਾਂ ਤੱਕ ਲਿਆ ਜਾਵੇ, ਵੱਧ ਤੋਂ ਵੱਧ ਇਨਫੋਰਮੇਸ਼ਨ ਡਿਸੈਮੀਨੇਸ਼ਨ ਕੀਤੀ ਜਾਵੇ। ਅੱਜ ਜਦੋਂ ਅਸੀਂ ਇੱਥੇ ਸਿੰਬੋਲਿਕਲੀ ਆਏ ਹੈਗੇ ਹਾਂ ਤਾਂ ਕੱਲ੍ਹ ਨੂੰ ਤੁਹਾਡੇ ਰਾਹੀਂ ਹੋਰ ਹਜ਼ਾਰਾਂ ਬੰਦਿਆਂ ਤੱਕ ਇਹ ਗੱਲ ਪਹੁੰਚੂਗੀ। ਸਾਡੇ ਤਿੰਨ ਤਰ੍ਹਾਂ ਦੇ ਸੈਂਟਰ ਕੰਮ ਕਰ ਰਹੇ ਆ, ਮਾਡਲ ਡੀ ਐਡਿਕਸ਼ਨ ਸੈਂਟਰ ਇੱਥੇ ਹੈਗਾ, ਉਸ ਤੋਂ ਇਲਾਵਾ OST ਹੈ ਜਿਹੜੇ, ਉਹ ਸੈਂਟਰ ਵੀ ਸਾਡੇ ਤਿੰਨ ਥਾਂ 'ਤੇ ਕੰਮ ਕਰ ਰਹੇ ਆ। ਉਹ ਸੈਂਟਰ ਜਿਹੜੇ ਸਾਡੇ ਹੈਗੇ ਆ ਜਿੱਥੇ ਦਿਨ ਦੇ ਦਿਨ ਆ ਕੇ ਬੰਦਾ ਦਵਾਈ ਲੈ ਕੇ ਆਪਦੇ ਕੰਮ 'ਤੇ ਵੀ ਜਾ ਸਕਦਾ ਹੈਗਾ, ਉਹ ਵੀ ਤਿੰਨ ਥਾਂ 'ਤੇ ਕੰਮ ਕਰ ਰਹੇ ਆ। ਔਰ ਇਸ ਤਰ੍ਹਾਂ ਕਰਕੇ ਅਸੀਂ ਅੱਜ ਜਿਹੜਾ ਇੱਥੇ ਹੈਗਾ ਕੁਝ ਨੌਜਵਾਨਾਂ ਨੂੰ ਲਿਆਉਣ ਦਾ ਇਹ ਮਕਸਦ ਹੈਗਾ ਕਿ ਇਹਨਾਂ ਨੂੰ ਦੇਖ ਕੇ ਬਾਕੀ ਦੇ ਨੌਜਵਾਨ ਅਤੇ ਬਾਕੀ ਦੇ ਪਰਿਵਾਰ ਵੀ ਪ੍ਰੇਰਿਤ ਹੋਣ। ਅਸੀਂ ਕਿਸੇ ਵੀ ਸੂਰਤ ਦੇ ਵਿੱਚ ਆਪਦੇ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਗਲਤ ਪਾਸੇ ਨਹੀਂ ਜਾਣ ਦੇਣਾ। ਸਰਕਾਰ ਦਾ ਇੱਕੋ ਮਕਸਦ ਹੈ, ਪੂਰੀ ਮਸ਼ੀਨਰੀ, ਪੁਲਿਸ ਐਂਡ ਸਿਵਲ ਪ੍ਰਸ਼ਾਸਨ ਇਸ ਗੱਲ 'ਤੇ ਲੱਗਿਆ ਹੋਇਆ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਪ੍ਰੇਰ ਕੇ ਔਰ ਚੰਗੇ ਪਾਸੇ ਨੂੰ ਲਾਏ। ਨਸ਼ਾ ਛੱਡਣ ਤੋਂ ਬਾਅਦ ਉਹਨਾਂ ਨੂੰ ਕੋਈ ਮਤਲਬ ਕਿ ਇਸ ਪਾਸੇ ਨਾ ਦੁਬਾਰਾ ਆਉਣ, ਕੋਈ ਇੰਪਲੋਇਮੈਂਟ ਦਾ ਜਾਂ ਫਿਰ ਇਸ ਤਰੀਕੇ ਦਾ ਕੁਛ ਹੈ? ਉਹ ਇੱਕ ਲੌਂਗ ਪ੍ਰੋਸੈਸ ਹੈ, ਪਰ ਜਿਹੜੇ ਲੋਕ ਇੱਥੇ ਆ ਰਹੇ ਨੇ ਉਹ ਕਹਿੰਦੇ ਹਾਲੇ ਸਾਨੂੰ ਇਹੋ ਜਿਹੀ ਕੋਈ ਸਹੂਲਤ ਨਹੀਂ ਮਿਲ ਰਹੀ, ਸਾਡੇ ਕੋਲ ਪੂਰੀ ਜਾਣਕਾਰੀ ਦੇ ਜਾ ਰਹੇ ਨੇ, ਸਾਡੀ ਨਾਲ ਕੋਈ ਇੱਥੇ ਟ੍ਰੀਟਮੈਂਟ ਨਹੀਂ ਸਾਨੂੰ ਮਿਲ ਰਿਹਾ। ਜਿਹੜੇ ਕੋਈ ਦੇਖੋ ਡਿਜ਼ਰਵਿੰਗ ਕੇਸਿਸ ਨੇ, ਅਸੀਂ ਆਲਰੇਡੀ ਡਾਕਟਰ ਸਾਹਿਬ ਨੂੰ ਇਹ ਗੱਲ ਕਹੀ ਗਈ ਹੈ, ਉਸ ਕੇਸ 'ਚ ਅਸੀਂ ਬਹਿਸ ਕਰਾਂਗੇ। ਬਾਕੀ ਜਿਹੜੀ ਅਨਾਊਂਸਮੈਂਟ ਹੋਈ ਹੈ, ਮੇਰੀ ਸਕੱਤਰੀ ਸਾਹਿਬ ਨਾਲ ਵੀ ਗੱਲ ਹੋਈ ਹੈ, ਫਾਈਲ ਅੰਡਰ ਪ੍ਰੋਸੈਸ ਹੈ, ਸ਼ਾਮ ਤੱਕ ਜਿਹੜੀਆਂ ਹਦਾਇਤਾਂ ਆ ਜਾਣਗੀਆਂ। ਗਵਰਨਮੈਂਟ ਨੇ ਆਲਰੇਡੀ ਡਿਕਲੇਅਰ ਕਰਤਾ ਹੈਗਾ, DCs ਨੂੰ ਵੀ ਹਦਾਇਤਾਂ ਨੇ ਕਿ ਇਹਨਾਂ ਦਾ ਫ੍ਰੀ ਇਲਾਜ ਕੀਤਾ ਜਾਵੇ ਕਿਸੇ ਨਾ ਕਿਸੇ ਪਾਸਿਓਂ। ਅਸੀਂ ਜਿਹੜੇ ਡਿਜ਼ਰਵਿੰਗ ਕੇਸਿਸ ਹੋਣ, ਇਹ ਹੈ ਆਪਾਂ ਹੁਣ ਬਲੈਂਕਟ ਨਾ ਕਰੀਏ, ਆਫਟਰ ਆਲ ਤੁਸੀਂ ਇਹ ਸਮਝੋ ਜਿਹੜੇ ਕੇਸਾਂ 'ਚ ਕੋਈ ਨਹੀਂ ਦੇ ਪਾਊਗਾ ਵੀ ਆਰ ਦੇ। ਔਰ ਸਰ BPL ਵਾਸਤੇ ਕੀ ਸਿਸਟਮ ਲੈ ਕੇ ਆ ਰਹੇ ਹੋ ਕਿ ਜਿਹੜੇ BPL ਦੇ ਵਿੱਚ ਜਿਹੜੇ ਬੱਚੇ ਜਾਂ ਡਰੱਗਸ ਲੈ ਰਹੇ ਹੈ ਕਿ ਉਹਨਾਂ ਨੂੰ ਫ੍ਰੀ ਆਫ ਕੋਸਟ ਦਿੱਤੇ ਜਾਣਗੇ ਕਿ ਨਹੀਂ? ਆਫਕੋਰਸ ਅਸੀਂ ਹਮ ਸਾਹਿਬ ਪਹਿਲਾਂ ਹੀ ਅਨਾਊਂਸ ਕਰ ਚੁੱਕੇ ਹਾਂ ਹੈਲਥ ਮੰਤਰੀ ਸਾਹਿਬ। ਸਰ ਜਿਹੜੇ ਬੱਚੇ ਹੈਗੇ ਇਹ ਵੀ BPL ਦੇ ਹੈਗੇ ਜਾਂ ਐਨੀ BPL ਦੇ ਨਹੀਂ ਹੈਗੇ? ਆਫਕੋਰਸ ਜੇ ਉਹ ਨਹੀਂ ਦੇ ਪਾਣਗੇ ਤਾਂ ਵੀਰ ਕੇ ਉਨਮੇਂ ਸੇ ਕੁਛ ਤੇ ਮੇਰੀ ਬਾਤ ਹੋ ਰਹੀ ਥੀ, ਉਹ ਇਹ ਕਹਿ ਰਹੇ ਹੈ ਕਿ ਪੁਲਿਸ ਚਾਹੇ ਤੋ ਕਰ ਸਕਦੀ ਹੈ। देयर हैज टू बी अ लेवल ऑफ ब्लैक शीप इन एवरी ऑर्गेनाइजेशन एंड ਇਹ ਮੈਂ ਅੱਜ ਪਹਿਲੀ ਵਾਰ ਨਹੀਂ ਕਹਿ ਰਿਹਾ, ਤੁਹਾਡੇ ਨਾਲ ਕਈ ਵਾਰ ਗੱਲ ਕਰ ਚੁੱਕਾ। ਵੀ ਆਰ ਓਪਨ ਟੂ ਦਾ ਫੈਕਟ ਦੈਟ ਪੁਲਿਸ ਦੇ ਵਿੱਚ ਦੇ ਵਿਲ ਬੀ ਬਲੈਕ ਸ਼ੀਪ। ਪਰ ਸਰ ਇਸ ਮਾਮਲੇ ਵਰਦੀ ਬਹੁਤ ਤਗੜੇ ਦਾਗ ਲੱਗ ਰਹੇ ਹਨ। ਹਾਂਜੀ, ਪੰਜਾਬ ਪੁਲਿਸ ਕੇ ਤੋ ਸਰ ਬਹੁਤ ਜ਼ਿਆਦਾ ਸਵਾਲੀ ਨਿਸ਼ਾਨ ਕਾਫੀ ਕੇਸਿਸ ਬਣ ਗਏ ਲਗਨ ਤੋ ਉਸ ਕੇ ਲਈ ਐਗਰੈਸਿਵ ਦਾ ਸਿਸਟਮ ਐਗਰੈਸਿਵਲੀ ਕਿ ਕੋਈ ਐਸੀ ਟੀਮ ਆਪਨੇ ਬਣਾਈ ਹੈ ਜੋ ਇਨਸਾਈਡਰਸ ਕੋ ਪਕੜੇਗੀ, ਜੋ ਇੰਟਰਸਪੈਕਸ਼ਨ ਕਰੇਗੀ? ਕੋਈ ਟੀਮ ਨਹੀਂ ਬਣਾਣੀ ਹੈ ਮੈਂ। ਐਵਰੀ ਪੁਲਿਸ ਆਫੀਸਰ ਹੂ ਇਜ਼ ਨਾਟ ਐਨ ਐਡਿਕਟ ਇਜ਼ ਟਾਸਕਡ ਟੂ ਕੈਚ ਦਿਸ ਐਂਡ ਆਪਾਂ ਇਹ ਸ਼ੁਰੂਆਤ ਹੋ ਗਈ ਹੈ। ਵੀ ਹੈਵ ਆਲਰੇਡੀ ਰਜਿਸਟਰਡ ਅ ਕੇਸ, ਯੂ ਨੋ ਦੈਟ। ਠੀਕ ਹੈ,
ਡਿਪਾਰਟਮੈਂਟ ਦੇ ਵਿੱਚ ਸੈਨਰਜੀ ਲਾਉਂਦਾ, ਕਿਉਂਕਿ ਵੈਪੋ ਪ੍ਰੋਗਰਾਮ ਦੇ ਵਿੱਚ ਸਾਰੇ ਇੱਕ ਪਲੈਟਫਾਰਮ 'ਤੇ ਆਪਾਂ ਕੰਮ ਕਰ ਰਹੇ ਹਾਂ। ਸੋ ਇਸ ਇਹਦੇ ਵਿੱਚ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਨੰਬਰ ਇਨਫਲੋ ਆਫ ਡਰੱਗ ਐਡਿਕਟਸ ਟੂ ਡੀ ਐਡਿਕਸ਼ਨ ਸੈਂਟਰਸ ਵਧੇਗਾ। ਉਹਦੇ ਲਈ ਗੌਰਮੈਂਟ ਮਹਿਕਮਾ, ਜਿਹੜੇ ਗੌਰਮੈਂਟ ਦੀ ਸਪੋਰਟ ਯੂਨਿਟਸ ਹੈ, ਜਿਹੜੇ ਪ੍ਰਾਈਵੇਟ ਸਪੋਰਟ ਯੂਨਿਟਸ ਹੈ ਇਨ ਦਾ ਸੈਂਸ ਆਫ ਡੀ ਐਡਿਕਸ਼ਨ ਸੈਂਟਰਸ, ਉਹਨਾਂ ਨੂੰ ਤਿਆਰ ਹੋਣਾ ਪਏਗਾ ਟੂ ਟੇਕ ਇਨ ਦਾ ਇਨਫਲਕਸ। ਉਹਦੀ ਕੀ ਸਟ੍ਰੈਟਜੀਜ਼ ਹੈ, ਉਹਨੂੰ ਸਟ੍ਰੈਟਜਾਈਜ਼ ਕਰਨ ਲਈ ਆਪਾਂ ਅੱਜ ਵਿਚਾਰ ਵਿਮਰਸ਼ ਕੀਤਾ ਹੈ, ਔਰ ਵੀ ਹੈਵ ਕਮ ਆਊਟ, ਵੀ ਹੈਵ ਅ ਪਲਾਨ ਇਨ ਪਲਾਨ ਆਫ ਐਕਸ਼ਨ ਐਂਡ ਡੈਪੋ ਪ੍ਰੋਗਰਾਮ ਨੂੰ ਗ੍ਰਾਸਰੂਟ ਲੈਵਲ ਤੱਕ ਆਪਾਂ ਲੈ ਜਾਵਾਂਗੇ। ਦੇਖੋ ਜੀ, ਅੱਜ ਜਿਹੜੇ ਆਏ ਨੇ ਉਹ ਵੀ ਡੈਪੋ ਪ੍ਰੋਗਰਾਮ ਦੇ ਹੀ ਆਊਟਪੁੱਟ ਨੇ, ਹੋਰ ਵੀ ਸਾਡੇ ਕੋਲ ਇਨਕੁਆਇਰੀਜ਼ ਆ ਰਹੇ ਨੇ। ਡਾਕਟਰ ਸਾਹਿਬ ਨੇ ਆਪਣਾ ਫੋਨ ਨੰਬਰ ਦਿੱਤਾ ਸੀ, ਇਹਨਾਂ ਤੋਂ ਇਹਨਾਂ ਕੋਲ ਵੀ ਇਨਕੁਆਇਰੀਜ਼ ਆ ਰਹੇ ਨੇ। ਲੇਕਿਨ ਹਰ ਸਿਸਟਮ ਦੀ ਇੱਕ ਕਪੈਸਿਟੀ ਹੁੰਦੀ ਹੈ, ਜਿਨ੍ਹਾਂ ਨੂੰ ਇੰਸਟੀਟਿਊਸ਼ਨਲ ਟ੍ਰੀਟਮੈਂਟ ਦੀ ਲੋੜ ਹੈ ਉਹਨਾਂ ਦੀ ਇੰਸਟੀਟਿਊਸ਼ਨਲ ਟ੍ਰੀਟਮੈਂਟ ਕੀਤੀ ਜਾਏਗੀ, ਜਿਨ੍ਹਾਂ ਨੂੰ ਆਊਟਡੋਰ ਪੇਸ਼ੈਂਟ ਵਜੋਂ ਟ੍ਰੀਟਮੈਂਟ ਹੈ ਉਹਦੇ ਆਊਟਡੋਰ ਟ੍ਰੀਟਮੈਂਟ ਦਾ ਹੈ। ਲੇਕਿਨ ਇਹਦੇ ਬਾਰੇ ਮੈਂ ਰਿਕੁਐਸਟ ਕਰਾਂਗਾ ਕਿ ਮੈਮ ਜਾਂ ਡਾਕਟਰ ਮਾਨ ਜਿਹਨਾਂ ਦਾ ਇਹ ਦੇ ਆਰ ਦਾ ਐਕਸਪਰਟਸ, ਆਪਾਂ ਸੁਣੀ ਸੁਣਾਈ ਗੱਲ ਕਰ ਰਹੇ ਹਾਂ। NDPS ਐਕਟ ਦੇ ਵਿੱਚ ਕਲੀਅਰ ਕੱਟ ਪ੍ਰੋਵਿਜ਼ਨ ਹੈ, ਸੈਕਸ਼ਨ ਆਈ ਡੋਂਟ ਰਿਮੈਂਬਰ 49-50 ਦੇ ਆਸ ਪਾਸ, 49A, ਯਾ, ਥੈਂਕ ਯੂ, ਮਾਈ ਮੈਮਰੀ ਇਜ਼ ਨੋਟ ਟੂ ਬੈਡ ਦੈਟ ਮੀਨਸ 49A, ਮੈਂ ਕਹਿ ਰਿਹਾ ਸੀ 49-50 ਵਿਚਕਾਰ ਨਿਕਲਿਆ, 49 ਔਰ 50 ਦੇ, 49A, 49A ਦੇ ਵਿੱਚ ਐਡਿਕਟਸ ਦੇ ਖਿਲਾਫ ਜਿਹੜਾ ਕੇਸ ਅਗਰ ਹੁੰਦਾ ਹੈ ਉਹਨੂੰ ਸਰਕਾਰ ਨੂੰ ਵਿਦਡਰੋਲ ਕਰਨ ਦਾ ਪ੍ਰੋਵਿਜ਼ਨ ਹੈ। ਦਿਸ ਇਜ਼ ਅ ਸਪੈਸ਼ਲ ਪ੍ਰੋਵਿਜ਼ਨ ਵਿਚ ਇਜ਼ ਨੋਟ ਫਾਊਂਡ ਇਨ ਅਦਰ ਐਕਟਸ, ਜਿਹਦੇ ਵਿੱਚ ਇੱਕੋ ਹੀ ਕੰਡੀਸ਼ਨ ਹੈ ਕਿ ਐਡਿਕਟ ਹੈਜ਼ ਟੂ ਗੈਟ ਹਿਮਸੈਲਫ ਡੀ ਐਡਿਕਟਿਡ ਫਰੋਮ ਅ ਗਵਰਨਮੈਂਟ ਅਪਰੂਵਡ ਇੰਸਟੀਟਿਊਸ਼ਨ। ਇੱਕ ਵਾਰ ਫੜਿਆ ਜਾਂਦਾ ਹੈ, ਬੇਸ਼ੱਕ ਡਰੱਗ ਦੇ ਨਾਲ ਫੜਿਆ ਜਾਵੇ ਜਾਂ ਨਸ਼ੇ ਦੇ ਹਾਲਤ 'ਚ ਫੜਿਆ ਜਾਵੇ ਵਿਦਆਊਟ ਰਿਕਵਰੀ ਫੜਿਆ ਜਾਵੇ, ਸਮਾਲ ਕੁਆਂਟਿਟੀ ਦੇ ਨਾਲ ਫੜਿਆ ਜਾਵੇ, ਉਹ ਆਪ ਅਗਰ ਐਡਿਕਟ ਹੈ ਐਂਡ ਇਫ ਹੀ ਇਜ਼ ਰੈਡੀ ਟੂ ਗੈਟ ਈ ਡੀ ਐਡਿਕਟਿਡ ਆਫਟਰ ਹੀ ਹੈਜ਼ ਬੀਨ ਸਕਸੈਸਫੁਲੀ ਡੀ ਐਡਿਕਟਿਡ, ਦ ਪ੍ਰੋਸੀਕਿਊਸ਼ਨ ਕੈਨ ਬੀ ਵਿਦਡਰੋਲ ਬਾਈ ਦ ਅਪਰੂਵਲ ਆਫ ਦ ਗਵਰਨਮੈਂਟ ਐਜ਼ ਪਰ NDPS ਐਕਟ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़, हक सच और इंसाफ की आवाज़ आपको रखे सबसे आगे।